ਹਾਜ਼ਰ ਹਾਂ ਦੋਸਤੋ। ਹਾਂਜੀ ਦੀਪ ਸਾਹਿਬ, ਤੋਂ ਬਾਅਦ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਠੀਕ ਹੈ ਜੀ। ਹਾਂਜੀ, ਅਤੇ ਬੋਬੀ ਸਾਹਿਬ, ਤੁਸੀਂ ਗਾਣੇ ਦੀ ਫਰਮਾਇਸ਼ ਕੀਤੀ ਹੈ। ਹਾਂਜੀ ਹਾਂਜੀ, ਉਹ ਗਾਣਾ ਮੈਂ ਤੁਹਾਨੂੰ ਪੰਜਾਬ ਦੇ ਉੱਤੇ ਹੀ ਹੈ ਜੀ, ਬਹੁਤ ਪਿਆਰਾ ਗਾਣਾ ਹੈ। ਬਿਲਕੁਲ ਜੀ, ਫਿਰ ਉਹ ਹਾਂ ਉਹ ਮੈਂ ਤੁਹਾਨੂੰ ਦਰਸ਼ਕਾਂ ਨਾਲ ਸਾਂਝਾ ਕਰੋ। ਹਾਂਜੀ ਹਾਂਜੀ, ਉਹ ਮੈਂ ਤੁਹਾਨੂੰ ਸੁਣਾਉਂਦਾ। ਇਹ ਧਰਤੀ ਪੰਜ ਦਰਿਆਵਾਂ ਦੀ ਹੈ। ਹਾਂਜੀ ਹਾਂਜੀ, ਨਗਰੀ ਠੰਡੀਆਂ ਚਾਵਾਂ ਦੀ। ਹਾਂਜੀ, ਇਹ ਗਾਣਾ ਜਿਹੜਾ ਨਾ ਬੋਬੀ ਸਾਹਿਬ, ਬਹੁਤ ਹੀ ਪਿਆਰਾ ਗਾਣਾ ਹੈ ਇਹ, ਬਹੁਤ ਪਿਆਰਾ। ਦੀਪ ਸਾਹਿਬ, ਇਹ ਗੀਤ ਫਿਰ ਘਰੇ ਬਹਿ ਕੇ ਲਿਖਦੇ ਹੁੰਦੇ ਸੀ ਜਾਂ ਕਿਤੇ ਬਾਹਰ ਨਿਕਲ ਜਾਂਦੇ ਸੀਗੇ? ਯਾਰ, ਕੋਈ ਵਕਤ ਨਹੀਂ ਹੁੰਦਾ ਸੀਗਾ ਗੀਤ ਲਿਖਣ ਦਾ। ਹਾਂ ਸਹੀ ਗੱਲ ਆ ਜੀ, ਕਦੇ ਤੜਕੇ ਵੀ ਠਾਲ ਲੈਂਦੇ ਨੇ ਕਿਤੇ, ਹੈ ਕਦੇ ਅੱਧੀ ਰਾਤ ਵੀ ਠਾਲ ਲੈਂਦੇ ਨੇ, ਹੈ ਜੀ। ਬਿਲਕੁਲ ਬਿਲਕੁਲ, ਬੜਾ ਸੋਚ ਕੇ ਲਿਖਣਾ ਪੈਂਦਾ। ਇਹੋ ਧਰਤੀ ਪੰਜ ਦਰਿਆਵਾਂ ਦੀ, ਇਹੋ ਧਰਤੀ ਪੰਜ ਦਰਿਆਵਾਂ ਦੀ, ਇਹੋ ਨਗਰੀ ਠੰਡੀਆਂ ਸ਼ਾਮਾਂ ਦੀ, ਇਹੋ ਨਗਰੀ ਠੰਡੀਆਂ ਸ਼ਾਮਾਂ ਦੀ, ਇਹੋ ਧਰਤੀ ਪੰਜ ਦਰਿਆਵਾਂ ਦੀ, ਇਹੋ ਧਰਤੀ ਪੰਜ ਦਰਿਆਵਾਂ ਦੀ, ਇਹੋ ਨਗਰੀ ਠੰਡੀਆਂ ਸ਼ਾਮਾਂ ਦੀ, ਇਹੋ ਨਗਰੀ ਠੰਡੀਆਂ ਸ਼ਾਮਾਂ ਦੀ।
ਧਰਤੀ ਪੰਜ ਦਰਿਆਵਾਂ ਦੀ ਇਹੋ ਧਰਤੀ ਪੰਜ ਦਰਿਆਵਾਂ ਦੀ ਇਹੋ ਨਗਰੀ ਠੰਡੀਆਂ ਸ਼ਾਮਾਂ ਦੀ ਇਹੋ ਨਗਰੀ ਠੰਡੀਆਂ ਸ਼ਾਮਾਂ ਕੁੱਡੀ ਤਕੜੀ ਕਲਮ ਨੇ ਕੀ ਕੁਛ ਲਿਖਤਾ ਜੀ ਦੀਪ ਸਾਹਿਬ, ਪਹਿਲਾਂ ਤੁਹਾਡੀ ਜ਼ਿੰਦਗੀ ਦਾ ਸੀ ਜਿਹੜਾ ਰਿਕਾਰਡ ਕੀਤਾ ਤੁਸੀਂ, ਬਿਲਕੁਲ ਡਰਦੇ ਵੀ ਹੋਵੋਗੇ ਕਾਫੀ ਵੀ ਯਾਰ ਹੈ, ਪਰ ਲਿਖਿਆ ਬਹੁਤ ਤਕੜੀਆਂ ਕਲਮਾਂ, ਬਹੁਤ ਤਕੜੀਆਂ ਚੀਜ਼ਾਂ ਲਿਖੀਆਂ, ਬਹੁਤ ਕਿੰਨਾ ਹਰੀ ਬੋਬੀ ਸਾਹਿਬ, ਮੈਨੂੰ ਪੰਜਾਬ ਨਾਲ ਬਹੁਤ ਪਿਆਰ ਹੈ, ਮੈਨੂੰ ਪੂਰੇ ਹਿੰਦੁਸਤਾਨ ਨਾਲ ਪਿਆਰ, ਮੈਨੂੰ ਪੂਰੇ ਹਿੰਦੁਸਤਾਨ ਨੇ ਮੈਨੂੰ ਪਿਆਰ ਦਿੱਤਾ ਦਿੱਤਾ ਜੀ, ਸਾਰੀ ਆਵਾਮ ਨਾਲ ਹੀ, ਤੁਹਾਨੂੰ ਮੈਂ ਨਹੀਂ ਭੁੱਲ ਸਕਦਾ, ਤੁਹਾਨੂੰ ਵੈਸੇ ਇਨਸਾਨੀਅਤ ਨਾਲ ਹੀ ਪਿਆਰ ਆ ਦੀਪ ਸਾਹਿਬ, ਮੈਂ ਨਹੀਂ ਭੁੱਲ ਸਕਦਾ, ਛੋੜ ਇੱਕ ਹਿੰਦੁਸਤਾਨ ਕੀ ਤੁਹਾਨੂੰ ਸਾਰੇ ਵਰਲਡ ਦੇ, ਚਾਹੇ ਹਿੰਦੂ ਮੁਸਲਮਾਨ ਸਿੱਖ ਸਾਰੇ ਜਿੰਨੇ ਵੀ ਆ, ਮੈਂ ਸਾਰੇ ਘਰਾਂ 'ਚ ਰਿਹਾ, ਮਤਲਬ ਇੰਨੀ ਬੜਬੜੀ ਹਸਤੀਆਂ ਦੇ ਮੈਂ ਘਰਾਂ ਦੇ ਵਿੱਚ ਰਿਹਾ, ਉਹਨਾਂ ਦੇ ਨਾਲ ਰਿਹਾ, ਤੁਸੀਂ ਕਦੇ ਕਦੇ ਮੈਨੂੰ ਮਹਿਸੂਸ ਨਹੀਂ ਹੋਇਆ ਕਿ ਮੈਂ ਬਾਹਰਲਾ ਬੰਦਾ ਹਾਂ, ਨਾ ਤੁਸੀਂ, ਹਾਂਜੀ ਤੁਸੀਂ ਕਦੇ ਕਦੇ ਮੈਂਸ਼ਨ ਕਰਦੇ ਹੁੰਦੇ ਹੋ ਉਹ ਇੰਗਲੈਂਡ ਤੋਂ ਵੀ ਤੁਹਾਡੇ ਨਾਲ ਕੋਈ ਕੋਈ ਫੈਮਿਲੀ ਨਾਲ ਅਟੈਚਮੈਂਟ, ਕਿਆ ਬਾਤ ਹੈ, ਕਿੱਥੇ ਕਿੱਥੇ ਜਾ ਕੇ ਤੁਹਾਡਾ ਪਿਆਰ, ਹਾਂਜੀ ਕਿਆ ਬਾਤ, ਹਾਂ ਕਿਆ ਬਾਤ, ਹਿੰਦੁਸਤਾਨ ਦੀ ਕੀ ਧਰਤੀ ਹੈ, ਕਿਆ ਬਾਤ ਹੈ ਯਾਰ, ਮੈਂ ਤਾਂ ਇੰਗਲੈਂਡ ਨੇ ਵੀ ਇੰਨਾ ਪਿਆਰ, ਮੈਂ ਤਾਂ ਜਿਹੜੀ ਉੱਥੇ ਦੀ ਜੰਮੀ ਹੋਈ ਇੱਕ ਲੇਡੀ, ਉਹਨੇ ਮੈਨੂੰ ਇੰਨਾ ਪਿਆਰ ਦਿੱਤਾ, ਦੇਖੋ ਮੇਰੀ ਜਾਨ ਬਚਾਈ ਸਮੁੰਦਰੋਂ ਕੱਢ ਕੇ, ਤੁਸੀਂ ਉਹਨਾਂ ਦੀ, ਮੈਂ ਨਹੀਂ ਭੁੱਲਦਾ, ਦੇਣਦਾਰ ਉਹਨਾਂ ਲੋਕਾਂ ਦੇ, ਹਾਂਜੀ ਬਿਲਕੁਲ ਬਿਲਕੁਲ, ਦੇਖ ਲਓ ਤੁਸੀਂ ਇਹ ਬੋਬੀ ਸਾਹਿਬ, ਮੈਂ ਨਹੀਂ ਭੁੱਲ ਸਕਦਾ, ਹਾਂਜੀ ਮੈਂ ਇਹ ਗੱਲਾਂ ਕੋਈ ਦੂਸਰਾ ਭੁੱਲ ਜਾਊਗਾ, ਚੰਗਾ ਇਨਸਾਨ ਕਾਹਨੂੰ ਕਿਸੇ ਦਾ ਪਾਣੀ ਪਿਲਾਇਆ ਗਲਾਸ ਵੀ ਭੁੱਲਦਾ ਜੀ, ਦੀਪ ਨਹੀਂ ਭੁੱਲਦਾ, ਦੀਪ ਨਹੀਂ ਭੁੱਲਦਾ, ਤੇ ਉਹਨਾਂ ਲੋਕਾਂ ਨੇ ਤਾਂ ਤੁਹਾਡੀ ਜ਼ਿੰਦਗੀ ਦੇ ਉੱਤੇ ਬੜੇ ਵੱਡੇ ਅਹਿਸਾਨ ਕੀਤੇ ਨੇ ਜੀ, ਅੱਜ ਤੁਸੀਂ ਮੇਰੇ ਨਾਲ ਬੈਠੇ ਹੋ, ਇਹ ਸਭ ਉਹਨਾਂ ਦੀ ਦੇਣਾ ਹੈ ਜੀ, ਉਹ ਯਾਰ ਆਹ ਕਿੱਥੋਂ ਹੋਣਾ ਸੀ ਸਭ ਕੁਛ, ਹਾਂ ਅੱਜ ਤੁਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹੋ ਇੱਕ 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 ਮੰਚ 'ਤੇ ਬਹਿ ਕੇ, ਬਿਲਕੁਲ ਜਿਹੜੀ ਜਿਹੜੀ ਆਪਣਾ ਪੰਜਾਬ ਦੀ ਹੈ ਜੀ, ਇਹ ਸਟੇਜ ਆ ਜੀ, ਇਹਨੇ ਇਹਦੇ ਉੱਤੇ ਬਹਿ ਕੇ ਤੁਸੀਂ ਉਹਨਾਂ ਲੋਕਾਂ ਨੂੰ, ਉਹਨਾਂ ਦਾ ਥੈਂਕ ਯੂ ਕਰਦੇ, ਉਹਨਾਂ ਦਾ ਧੰਨਵਾਦ ਕਰਦੇ ਹੋ ਬਈ, ਤੁਹਾਡੇ ਨਾਲ ਮੇਰੀ ਕਿੱਥੋਂ ਮੁਲਾਕਾਤ ਹੋਣੀ ਸੀਗੀ ਯਾਰ, ਬਸ ਦੀਪ ਸਾਹਿਬ ਇਹ ਇਹ ਇੱਕ ਵਧੀਆ, ਦੇਖੋ ਮੈਨੂੰ ਇੱਥੇ ਵੀ ਵਧੀਆ ਬੰਦੇ ਮਿਲ ਗਏ, ਇੱਥੇ ਵੀ ਮਿਲ ਗਏ, ਤੁਸੀਂ ਮੈਨੂੰ ਕਿੱਥੋਂ ਮਿਲਣਾ ਸੀਗਾ, ਅਸੀਂ ਤਾਂ ਦੀਪ ਸਾਹਿਬ ਤੁਹਾਡੇ ਕੱਦ ਬਹੁਤ ਬਹੁਤ ਉੱਚੇ ਨੇ ਜੀ, ਬਹੁਤ ਵੱਡੇ ਨੇ, ਨਹੀਂ ਬੋਬੀ ਸਾਹਿਬ ਅਸੀਂ ਕੋਸ਼ਿਸ਼ ਕਰਦੇ ਹੁੰਦੇ ਵੀ ਚਲੋ ਤੁਹਾਡੇ ਰਾਹਾਂ ਨੂੰ ਅਸੀਂ ਫੜ ਕੇ ਵੀ ਥੋੜ੍ਹਾ ਜਿਹਾ ਸਿੱਖ ਲਈਏ ਗਾਹਾਂ ਅੱਗੇ ਤੁਰਨਾ ਜੀ, ਦੋਸਤੋ ਤੁਹਾਡੇ ਵਰਗੇ ਹੀ ਮੇਰੇ ਉਹ ਹੈਗੇ ਆ, ਇੱਕ ਆਸਰਾ ਨਹੀਂ ਹੁੰਦਾ ਬੰਦਾ ਜਿਸ ਤਰ੍ਹਾਂ ਤੁਰਦਾ, ਖੁੰਟੀ ਉਹਦੀ ਲੋੜ ਪੈਂਦੀ ਹੈ, ਜਿਹੜਾ ਬੰਦਾ ਕਮਜ਼ੋਰ ਹੋ ਜਾਂਦਾ, ਹਾਂਜੀ ਹਾਂਜੀ, ਤੇ ਤੁਸੀਂ ਮੇਰੀਆਂ ਖੁੰਟੀਆਂ ਆ, ਤੁਸੀਂ ਬੜੇ ਬੜੇ ਜ਼ਿੰਦਗੀ 'ਚ ਗਰਾਊਂਡ ਨਹੀਂ ਸਕਦਾ ਮੈਂ, ਤੁਸੀਂ ਗਰਾਊਂਡਡ ਬੰਦੇ ਹੋ ਜੀ, ਤੁਸੀਂ ਜ਼ਮੀਨ ਨਾਲ
ਐਨ ਜੰਮ ਕੇ ਤੁਰਨ ਵਾਲੇ ਇਨਸਾਨ ਨੂੰ ਸਾਦੇ ਬੜੇ ਇਨਸਾਨ ਹੋ, ਇਸ ਕਰਕੇ ਮੈਨੂੰ ਲੱਗਦਾ ਵੀ ਤੁਹਾਨੂੰ ਤੁਹਾਨੂੰ ਉਹੋ ਜਿਹੀ ਜੋੜੀ ਗਾਹਾਂ ਜੋਟੀ ਤੁਹਾਨੂੰ ਤੁਹਾਡੇ ਨਾਲ ਫੜੀ ਜਾਂਦੇ ਨੇ ਜੀ, ਲੋਕ ਉਹੋ ਜਿਹੇ ਜੁੜੀ ਜਾਂਦੇ ਨੇ। ਕੁਦਰਤੀ ਯਾਰ, ਮੈਂ ਕਹਿੰਦਾ ਬੋਬੀ ਸਾਹਿਬ ਕੁਦਰਤੀ, ਮੈਨੂੰ ਜੋ ਵੀ ਮੈਨੂੰ ਮਿਲਿਆ ਰੱਬ ਮਿਲਾਉਣ ਵਾਲਾ, ਮੈਨੂੰ ਚੰਗੇ ਤੋਂ ਚੰਗੇ ਬੰਦੇ ਦੇ ਨਾਲ ਮੇਰਾ ਵਾਹ ਪਿਆ, ਮਤਲਬ ਮੈਨੂੰ ਬਿਲਕੁਲ ਹੀ ਹਾਂ ਕੁਛ ਨਹੀਂ ਕਹਿ ਸਕਦਾ ਮੈਂ। ਕਹਿੰਦੇ ਹੁੰਦੇ ਨੇ ਜੋ ਵੀ ਮਿਲਿਆ ਤੁਸੀਂ ਤਾਂ, ਕਹਿੰਦੇ ਨਾ ਡਿਗਰੀ ਲਈ ਨਾ ਮੈਡਲ ਜਿੱਤੇ, ਬਿਲਕੁਲ ਨਾ ਕੋਈ ਡਿਗਰੀ ਲਈ ਨਾ ਕੋਈ ਮੈਡਲ ਜਿੱਤੇ, ਨਗਲ ਹਾਰ ਪੁਆਏ ਮੈਂ, ਜੋ ਪਾਇਆ ਹੈ ਜੋ ਸਿੱਖਿਆ ਹੈ ਸਭ ਲੱਭਿਆ ਰਾਹਾਂ ਵਿੱਚੋਂ ਮੈਂ, ਨਾ ਡਿਗਰੀ ਲਈ ਨਾ ਮੈਡਲ ਜਿੱਤੇ ਨਗਲ ਹਾਰ ਪੁਆਏ ਮੈਂ, ਜੋ ਪਾਇਆ ਹੈ ਜੋ ਸਿੱਖਿਆ ਹੈ ਸਭ ਲੱਭਿਆ ਰਾਹਾਂ ਵਿੱਚੋਂ ਮੈਂ, ਕੁਝ ਯਾਰ ਬਣਾਏ ਕੁਝ ਪਿਆਰ ਬਣਾਏ ਸਭ ਰਿਸ਼ਤੇ ਰੱਖੇ ਮੈਂ, ਕਰ ਸ਼ਰਮਾ ਨੂੰ ਸਭ ਧਰਮਾਂ ਨੂੰ ਰੁੱਖ ਸੀ ਚੁਕਾਏ ਮੈਂ, ਨਾ ਡਿਗਰੀ ਲਈ ਨਾ ਕੋਈ ਮੈਡਲ ਜਿੱਤੇ ਨਾ ਗਲ ਹਾਰ ਪੁਆਏ ਮੈਂ। ਦੀਪ ਸਾਹਿਬ ਉਹ ਚੀਜ਼ਾਂ ਤੁਹਾਡੇ ਨਾਲ ਤੋਂ ਹੀ ਆਉਂਦੀਆਂ ਨੇ। ਤੁਸੀਂ ਸਾਹਿਬ ਮੈਂ ਕੁਛ ਮਿਨਿਸਟਰਾਂ ਦੇ ਘਰ ਵੀ ਰਿਹਾ, ਹਾਂਜੀ ਹਾਂਜੀ, ਲੋਕ ਆਉਂਦੇ ਹੁੰਦੇ ਸੀਗੇ ਆਪਣੇ ਕੰਮ ਕਰਵਾਉਣ, ਹਾਂਜੀ, ਉਹ ਮਿਨਿਸਟਰ ਨੂੰ ਬਾਅਦ 'ਚ ਮਿਲਦੇ ਸੀ, ਪਹਿਲੇ ਮੈਨੂੰ ਮਿਲਦੇ ਸੀ, ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਦੀਪ ਸਾਹਿਬ ਸਾਡਾ ਕੰਮ ਆ ਸਰਦਾਰ ਸਾਹਿਬ ਨੂੰ ਕਹਿ ਕੇ ਕਰਵਾ ਦਿਓ, ਕੋਈ ਟੀਚਰ ਹੁੰਦਾ ਸੀ ਸਾਡੀ ਬਦਲੀ ਕਰਵਾ ਦਿਓ, ਕੋਈ ਕੁਛ ਕੋਈ ਕੁਛ ਕੁਛ ਪੁਲਿਸ ਵਾਲੇ ਹੁੰਦੇ ਸੀਗੇ ਬਦਲੀ ਕਰਵਾਉਣੀ ਚਾਹੁੰਦੇ ਸੀਗੇ, ਯਾਰ ਮੈਂ ਜੋ ਉਹਨਾਂ ਨੂੰ ਕਹਿੰਦਾ ਸੀਗਾ ਨਾ, ਹਾਂਜੀ ਹਾਂਜੀ, ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਕੋਈ ਖਾਸ ਹੈ, ਮੈਂ ਕਹਿੰਦਾ ਨਹੀਂ ਸਰ ਕਰ ਦਿਓ ਤੁਸੀਂ, ਮੈਂ ਕਿਹਾ ਮੈਂ ਜਵਾਨ ਦਿੱਤੀ ਹੈ ਕਿ ਮੈਂ ਕਰਵਾ ਦਿੰਦਾ, ਸਰਦਾਰ ਸਾਹਿਬ ਬਹੁਤ ਚੰਗੇ ਆ, ਪਲੀਜ਼ ਇਹਨਾਂ ਦਾ ਕੰਮ ਕਰ ਦਿਓ। ਦੀਪ ਸਾਹਿਬ ਇਸ ਤਰ੍ਹਾਂ ਹੀ ਆਪਣੇ ਵੀਰ ਸਰਦਾਰ ਅਲਵੇਲ ਸਿੰਘ ਆਪਣੇ ਪਿੰਡ ਦੇ ਸਰਪੰਚ ਸੀ, ਨਾਈਸ ਦੀਪ ਸਾਹਿਬ, ਉਹਨਾਂ ਦਾ ਹੱਥ ਤੁਸੀਂ ਦੇਖ ਲਓ, ਪਰ ਉਹਨਾਂ ਨੇ ਨਹੀਂ ਕਦੇ ਕਿਹਾ, ਉਹਨਾਂ ਦੀ ਜ਼ਬਾਨੋਂ ਕਦੇ ਨਹੀਂ ਸੁਣਿਆ, ਪਰ ਉਹਨਾਂ ਦਾ ਵੀ ਸੁਭਾਅ ਕੁਛ ਇਹੋ ਜਿਹਾ ਹੀ ਆ, ਵਧੀਆ, ਤੇ ਉਹਨਾਂ ਦੇ ਘਰ ਜਿਹੜੇ ਬੜੇ ਬੜੇ ਜਾਣੀ ਪੜ੍ਹੇ ਲਿਖੇ ਚੰਗੀਆਂ ਜੌਬਾਂ ਵਾਲੇ ਇਨਸਾਨ ਆ ਕੇ ਮੈਂ ਦੇਖੇ ਨੇ ਅੱਖੀ, ਉਹ ਜਿਹੜੇ ਜਿਹਨਾਂ ਨੂੰ ਨੌਕਰੀ ਨਹੀਂ ਮਿਲਦੀ ਸੀ ਉਹਨਾਂ ਨੇ ਉਹ ਥਾਵਾਂ ਤੇ ਜਾ ਕੇ ਵੀ ਆਪਣਾ ਪੱਲਾ ਅੱਡਿਆ ਉਹ ਲੋਕਾਂ ਲਈ, ਪਰ ਆਪਣੇ ਲਈ ਉਹਨਾਂ ਨੇ ਕਦੇ ਕੁਛ ਨਹੀਂ ਮੰਗਿਆ ਜੀ। ਇਹ ਉਹਨਾਂ ਦਾ ਬਹੁਤ ਵੱਡਾਪਣ ਆਪਣੇ ਵੀਰ ਜੀ ਦਾ, ਤੁਸੀਂ ਕਹਿ ਲਓ ਬਈ ਉਹਨਾਂ ਨੂੰ ਖਾਨਦਾਨੀ ਵਿਰਸੇ 'ਚ ਮਿਲੀਆਂ ਹੋਈਆਂ ਚੀਜ਼ਾਂ ਨੇ। ਦੀਪ ਸਾਹਿਬ ਸਬਰ ਸੰਤੋਖ ਬੜੇ ਸਾਦੇ, ਬਿਲਕੁਲ ਹੈਂਜੀ ਬਿਲਕੁਲ, ਅਤੇ ਉਹਨਾਂ ਨੇ ਉਹ ਆਪਣੀ ਡਿਊਟੀਆਂ ਨਿਭਾਈਆਂ ਨੇ ਇੰਨੇ ਸਾਲ ਸਰਪੰਚੀ ਕਰਕੇ ਵੀ। ਕਹਿੰਦੇ ਬਣੇ ਸਾਦਗੀ ਦੀਵਾਨੇ ਲੁੱਟੇ ਦਿਲਾਂ ਦੇ ਖਜ਼ਾਨੇ, ਬਣੇ ਸਾਦਗੀ ਦੀਵਾਨੇ ਲੁੱਟੇ ਦਿਲਾਂ ਦੇ ਖਜ਼ਾਨੇ, ਅਸੀਂ ਪੜ੍ਹ ਕੇ ਪੰਜਾਬੀ ਭਾਸ਼ਾ ਲਿਖੇ ਨੇ ਤਰਾਨੇ, ਬਣੇ ਸਾਦਗੀ ਦੀਵਾਨੇ ਲੁੱਟੇ ਦਿਲਾਂ ਦੇ ਖਜ਼ਾਨੇ, ਅਸੀਂ ਪੜ੍ਹ ਕੇ ਪੰਜਾਬੀ ਭਾਸ਼ਾ ਲਿਖੇ ਨੇ ਤਰਾਨੇ, ਕੋਈ ਟੁੱਟੇ ਰਾਹਾਂ ਨੂੰ ਬਚਾਵੇ, ਕੋਈ ਟੁੱਟੇ ਰਾਹਾਂ ਨੂੰ ਬਚਾਵੇ, ਮਿੱਟੀ ਦਿਨੇ ਰਾਤੀ ਪਾਵੇ, ਖੋਲ ਪੌਣਿਆਂ ਚੋਂ ਰੋਟੀ ਥੱਲੇ ਪਿੱਪਲਾਂ ਦੇ ਖਾਵੇ, ਅਸੀਂ ਕੋਲ ਖੜ ਦੇਖੇ ਅੱਖੀਆਂ ਫਸਾਨੇ, ਬਣੇ ਸਾਦਗੀ ਦੀਵਾਨੇ ਲੁੱਟੇ ਦਿਲਾਂ ਦੇ ਖਜ਼ਾਨੇ, ਅਸੀਂ ਪੜ੍ਹ ਕੇ ਪੰਜਾਬੀ ਭਾਸ਼ਾ ਲਿਖੇ ਨੇ ਤਰਾਨੇ। ਦੀਪ ਸਾਹਿਬ ਉਹ ਸਾਦਗੀਆਂ ਇਹ ਤਾਂ ਤੁਹਾਡੇ ਪਿੰਡ ਦੀਆਂ ਹੀ ਗੱਲਾਂ ਨੇ, ਉਹ ਤੁਹਾਡੇ ਸਾਰੇ ਲੋਕਾਂ 'ਚ ਭਰੀਆਂ ਹੋਈਆਂ ਨੇ ਦੀਪ ਸਾਹਿਬ ਵੀਰ, ਉਹਨਾਂ ਦੇ ਤੁਹਾਡੇ ਜਿਹੜੇ ਲੋਕ ਇਨਸਾਨ ਆਮ ਸਾਦਗੀ ਦੇ ਨਾਲ ਗਰਾਊਂਡਡ ਹੋ ਕੇ ਰਹਿੰਦੇ ਨੇ ਜੀ, ਉਹ ਦੇਖੋ ਕਿੰਨੇ ਚੰਗੇ ਇਨਸਾਨ ਸੀਗੇ ਜਿਹੜੇ ਹਾਂਜੀ ਰਸਤਿਆਂ ਦੇ ਟੋਏ ਭਰਦੇ ਸੀਗੇ, ਬਾਬਾ ਮੇਵਾ, ਹਾਂਜੀ ਹਾਂਜੀ, ਕਿਆ ਬਾਤ ਹੈ, ਮੈਂ ਉਹਨਾਂ ਨੂੰ ਨਹੀਂ ਭੁੱਲ ਸਕਦਾ। ਇਹ ਲੋਕ ਦੀਪ ਸਾਹਿਬ ਜਿਹੜੇ ਆਉਂਦੇ ਨੇ ਇਹੋ ਜਿਹਾ ਰੂਪ ਧਾਰਨ ਕਰਕੇ ਇਨਸਾਨੀ ਦਾ, ਇਹ ਲੋਕ ਟੋਏ ਭਰਨ ਵਾਲੇ ਨਹੀਂ ਗਏ, ਇਹ ਤੁਹਾਡੀ ਪੰਜਾਬੀ ਭਾਸ਼ਾ ਦੀ ਜਾਨ ਨੇ, ਬਿਲਕੁਲ ਤੁਹਾਡੇ ਰਾਹਾਂ ਜ਼ਿੰਦਗੀ ਦੇ ਰਾਹਾਂ ਨੂੰ ਸੌਖਾ ਬਣਾਉਣ ਵਾਲੇ, ਇਹ ਉਹ ਕਿਤਾਬਾਂ ਨੇ ਜਿਹੜੀਆਂ ਜਿਉਂਦੀਆਂ ਜਾਗਦੀਆਂ ਕਿਤਾਬਾਂ ਅਸੀਂ ਅੱਖੀਂ ਦੇਖੀਆਂ ਨੇ ਅੱਖੀਂ ਪੜ੍ਹੀਆਂ ਨੇ ਜੀ, ਇਹ ਉਹ ਲੋਕ ਨੇ ਜਿਹੜੀਆਂ ਤੁਹਾਨੂੰ ਕਿਸੇ ਕਿਤਾਬਾਂ 'ਚ ਨਹੀਂ ਮਿਲਣਗੀਆਂ, ਕਿਸੇ ਯੂਨੀਵਰਸਿਟੀਆਂ 'ਚ ਨਹੀਂ ਮਿਲਣਗੀਆਂ, ਇਹ ਸਾਡੇ ਸਾਦਗੀ ਸਾਡੇ ਪਿੰਡਾਂ ਦੀ ਸਾਦਗੀ, ਇਹ ਸਾਡੇ ਪਿੰਡਾਂ ਲਈ ਵੱਡੀਆਂ ਕਿਤਾਬਾਂ ਨੇ ਜੀ, ਇਹ ਜਿੰਨੇ ਵੀ ਵੱਡੇ ਬਜ਼ੁਰਗ ਹੁੰਦੇ ਨੇ ਜਿਨ੍ਹਾਂ ਨੇ ਆਪਣੀਆਂ ਘਾਲਣਾਂ ਘੱਲੀਆਂ ਨੇ ਜੀ, ਆਪਣੇ ਪਰਿਵਾਰ ਪਾਲੇ ਨੇ ਮਿਹਨਤਾਂ ਨਾਲ, ਉਹ ਸਾਡੀਆਂ ਕਿਤਾਬਾਂ ਨੇ, ਉਹ ਸਾਡੇ ਚੈਪਟਰ ਨੇ ਜੀ, ਉਹ ਸਾਨੂੰ ਜ਼ਿੰਦਗੀ ਦੀ ਸੇਧ ਦੇ ਕੇ ਜਾਂਦੇ ਨੇ ਜੀ। ਬੋਬੀ ਸਾਹਿਬ ਉਹੀ ਆਪਣੇ ਪਿੰਡਾਂ ਦੀ ਬਦਨਸੀਬੀ, ਕੁਛ ਤਾਂ ਬਾਬਾ ਮੇਵਾਰ ਗਏ, ਹਾਂਜੀ ਹਾਂਜੀ, ਖੱਡੇ ਭਰਦੇ ਸੀਗੇ, ਹਾਂਜੀ, ਰਸਤੇ ਸਾਫ਼ ਕਰਦੇ ਸੀਗੇ, ਬਿਲਕੁਲ ਜੀ, ਕੁਛ ਖੱਡੇ ਖੋਦ ਕੇ ਚਲੇ ਜਾਂਦੇ ਆ, ਇੱਦਾਂ ਦੇ ਲੋਕ ਵੀ ਹੈਗੇ। ਦੀਪ ਸਾਹਿਬ ਉਹਨਾਂ ਦਾ ਉਹੋ ਜਿਹਾ ਕਿਤਾਬਾਂ 'ਚ ਉਹ ਉਸੇ ਢੰਗ ਨਾਲ ਨਾਂ ਲਿਖਿਆ ਜਾਂਦਾ, ਪਰ ਜਿਹੜੀ ਬਾਬਾ ਮੇਵਾ ਸਿੰਘ ਉਹਨਾਂ ਨੇ ਜਿਹੜੀਆਂ ਇੱਕ ਇੱਕ ਪਿੰਡਾਂ ਲਈ ਡੈਡੀਕੇਸ਼ਨ, ਉਹਨਾਂ ਨੂੰ ਕਿਸੇ ਆਪਣੇ ਢਿੱਡ ਨਾਲ ਲਾਲਚ ਨਹੀਂ ਸੀ, ਆਪਣੇ ਬਦਨ ਨਾਲ ਲਾਲਚ ਨਹੀਂ ਸੀ, ਉਹਨਾਂ ਨੂੰ ਪਿਆਰ ਸੀ ਉਹ ਭੂਮੀ ਨਾਲ ਉਹ ਧਰਤੀ ਨਾਲ,
ਜਿੱਥੇ ਉਹਨਾਂ ਨੇ ਬਚਪਨ ਹੰਢਾਇਆ ਜੀ, ਉਹਦਾ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਜੇ ਉਹਨਾਂ ਦੀ ਜੇਬ 'ਚ ਕੁਛ ਨਹੀਂ ਸੀਗਾ, ਲੇਕਿਨ ਉਹਨਾਂ ਦੀ ਰੂਹ ਦੇ ਵਿੱਚ ਉਹ ਰਾਹ ਵੱਸਦੇ ਨੇ ਜੀ, ਜਿੱਥੇ ਉਹਨਾਂ ਨੇ ਬਿਲਕੁਲ ਸਾਡੇ ਲੋਕਾਂ ਲਈ ਰਾਹ ਸਾਫ਼ ਸੁਥਰੇ ਬਣਾਇਆ ਜੀ। ਬਾਬੀ ਸਾਹਿਬ, ਇੱਕ ਮੈਂ ਗੱਲ ਕਹਿਣੀ ਚਾਹੁੰਦਾ। ਹਾਂਜੀ ਹਾਂਜੀ, ਮਾਫ਼ ਕਰਨਾ ਦੋਸਤੋ, ਸੱਚੀ ਗੱਲ ਆ, ਤੁਸੀਂ ਆਪਣੇ ਦਿਲ ਦੀਆਂ ਗੱਲਾਂ ਜਿੰਨੀਆਂ ਵੀ ਕਰਦੇ ਆ, ਜਿਸ ਤਰ੍ਹਾਂ ਬਾਬਾ ਨਾਨਕ ਜੀ ਹੈਗੇ ਆ, ਸਾਰੀਆਂ ਬੋਲ ਦਿੰਦੇ ਹਾਂ ਕਿ ਇੱਦਾਂ ਕਰਨੀ, ਇੱਦਾਂ ਕਰਨੀ, ਇੱਦਾਂ ਕਰਨੀ, ਇਹ ਕਰਨਾ, ਇਹ ਕਰਨਾ, ਉਹ ਸਾਰੀਆਂ ਗੱਲਾਂ ਮੰਨ ਲੈਂਦੇ ਆ। ਕਦੀ ਉਹਨਾਂ ਦੀ ਗੱਲ ਵੀ ਮੰਨ ਕੇ ਦੇਖੋ ਦੋਸਤ, ਕਿ ਉਹਨਾਂ ਨੇ ਕਿਹਾ ਕੀ ਕਿਹਾ ਸੀਗਾ, ਕੀ ਕੀਤਾ ਸੀਗਾ, ਤੁਸੀਂ ਉਹ ਰਾਹ ਭੁੱਲ ਗਏ ਦੋਸਤੋ, ਕੀ ਕਰ ਸਕਦਾ ਯਾਰ। ਬਿਲਕੁਲ, ਕਹਿੰਦੇ ਹਰ ਸਾਧੂ ਅਤੇ ਸੰਤ ਨੂੰ ਮੰਨਾ, ਹਰ ਸਾਧੂ ਅਤੇ ਸੰਤ ਨੂੰ ਮੰਨਾ, ਪੜ੍ਹ ਗੀਤਾ ਅਤੇ ਗ੍ਰੰਥ ਨੂੰ ਮੰਨਾ, ਹਰ ਸਾਧੂ ਅਤੇ ਸੰਤ ਨੂੰ ਮੰਨਾ, ਪੜ੍ਹ ਗੀਤਾ ਅਤੇ ਗ੍ਰੰਥ ਨੂੰ ਮੰਨਾ, ਸਾਨੂੰ ਉਹ ਗੱਲਾਂ ਵੀ ਕਹਿਣ ਦਿਓ ਜੋ ਗੱਲਾਂ ਲਿਖ ਦਿੰਦੀਆਂ ਸ਼ਾਂਤੀ, ਉਹ ਗੱਲਾਂ ਵੀ ਕਹਿਣ ਦਿਓ। ਜਿਵੇਂ ਤੁਸੀਂ ਦੱਸਦੇ ਹੁੰਦੀ ਸਭ ਵੀ, ਉਹ ਗੱਲਾਂ ਵੀ ਉਹਨਾਂ ਦੀਆਂ ਮੰਨਣੀਆਂ ਜ਼ਰੂਰੀ ਨੇ ਜੀ, ਉਹਨਾਂ ਦੀ ਵੀ ਮੰਨੋ, ਉਹ ਤੁਹਾਡੀਆਂ ਮੰਨੀ ਜਾਂਦੇ ਆ, ਸੁਣੀ ਜਾਂਦੇ ਆ। ਬਿਲਕੁਲ ਬਿਲਕੁਲ, ਕਦੇ ਉਧਰ ਮੌਕਾ ਦਿਓ, ਉਧਰ ਵੀ ਕੰਨ ਕਰੋ ਕਿ ਕੀ ਕਿਹਾ ਸੀਗਾ, ਕੀ ਉਹਨਾਂ ਨੇ ਕੀ ਲਿਖ ਕੇ ਗਏ ਨੇ ਉਹ, ਉਹ ਗੱਲਾਂ ਨੂੰ ਵੀ ਸਾਨੂੰ ਮੰਨਣਾ ਬਹੁਤ ਜ਼ਰੂਰੀ ਹੈ ਦੀਪ ਸਾਹਿਬ। ਹੁਣ ਸਾਰੇ, ਮੈਂ ਮੋਦੀ ਸਾਹਿਬ ਨੂੰ ਵੀ ਕਹਿ ਰਿਹਾ, ਸਾਰੇ ਚੰਦਰਮਾ ਦੇ ਉੱਤੇ ਜਗ੍ਹਾ ਖਰੀਦਣ ਲੱਗੇ ਵਾ, ਉੱਤੇ ਲੱਗੇ ਹੋ ਗਏ ਜੀ। ਕੋਈ ਦੋਸਤੋ, ਜਿਹੜੇ ਪਿੰਡਾਂ ਦੇ ਪਿੰਡ ਰੁੜ ਗਏ, ਹੜ ਗਏ, ਹਾਂਜੀ ਹਾਂਜੀ, ਪਸ਼ੂ ਡੰਗਰ ਕੀ ਕੁਛ ਹੋ ਗਿਆ, ਬਿਲਕੁਲ, ਕੋਈ ਯਾਰ ਜਿਹੜੇ ਥੱਲੇ ਹੈਗੇ, ਉਹਨਾਂ ਨੂੰ ਤਾਂ ਪਹਿਲੇ ਸੰਭਾਲ ਲਓ, ਸੰਭਾਲ ਲਓ ਜੀ, ਬਿਲਕੁਲ ਬਿਲਕੁਲ, ਜਿਹਨਾਂ ਦੀ ਜ਼ਰੂਰਤ। ਚੰਦ ਚੰਦ ਦੇ ਉੱਤੇ ਬਾਅਦ 'ਚ ਦੇਖਿਓ, ਹਜੇ ਤਾਂ ਅਸੀਂ ਫਜ਼ੂਲ ਖਰਚੇ ਕਰੀ ਜਾਂਦੇ ਹਾਂ, ਮਤਲਬ ਇਹ ਕਰਦੇ, ਪਹਿਲੇ ਜਿਹੜੀ ਦੁਨੀਆ ਬਸੀ ਆ ਉਹਨੂੰ ਤਾਂ ਠੀਕ ਕਰ ਲਓ। ਆਹੀ ਧਰਤੀ 'ਤੇ ਦੁਖੀ ਫਿਰਦੇ ਨੇ ਬਹੁਤ ਲੋਕ ਜੀ, ਉਹਨੂੰ ਤਾਂ ਕਮ ਸੇ ਕਮ ਸਕੂਲ ਜਿੰਨੇ ਵੀ ਗੌਰਮੈਂਟ ਦੇ ਆ ਸਾਰੇ ਬੰਦ ਹੋ ਗਏ, ਹਾਂਜੀ ਹਾਂਜੀ, ਔਰ ਪ੍ਰਾਈਵੇਟ ਸਕੂਲ ਉਹ ਛਿੱਲ ਲਾਈ ਜਾਂਦੇ, ਗਰੀਬ ਬੰਦਾ ਤਾਂ ਬੱਚਾ ਹੀ ਨਹੀਂ ਪੜ੍ਹਾ ਸਕਦਾ। ਬਿਲਕੁਲ, ਜਦ ਬੱਚਾ ਪੜ੍ਹੇਗਾ ਨਹੀਂ ਅਤੇ ਉਹਨੂੰ ਪਤਾ ਹੀ ਨਹੀਂ ਹੋਊਗਾ, ਇਲਮ ਹੀ ਨਹੀਂ ਉਹਦੇ ਕੋਲ ਹੋਊਗਾ, ਤਾਂ ਉਹ ਇਨਸਾਨ ਕਿੱਦਾਂ ਦਾ ਬਣੇਗਾ? ਤੁਸੀਂ ਕਿਹਨਾਂ ਦੇ ਉੱਤੇ ਲੀਡਰੀਆਂ ਕਰੋਗੇ? ਪਹਿਲੇ ਉਹਨਾਂ ਨੂੰ ਇਨਸਾਨ ਤਾਂ ਬਣਨ ਦਾ ਮੌਕਾ ਦਿਓ। ਪਰ ਦੀਪ ਸਾਹਿਬ, ਇਹ ਸਾਰੇ ਮੁਲਕਾਂ 'ਚ ਇੱਕ ਦੌੜ, ਆਪਣੇ ਆਪਣੇ ਹਿੰਦੁਸਤਾਨ 'ਚ ਨਹੀਂ, ਸਾਰੇ ਮੁਲਕਾਂ 'ਚ ਜ਼ਿਆਦਾ ਹੀ ਹਾਂਜੀ, ਉੱਥੇ ਜ਼ਿਆਦਾ ਹੀ ਦੌੜ ਲੱਗੀ ਹੋਈ ਆ ਜੀ, ਸਾਰੇ ਮੁਲਕਾਂ 'ਚ ਵੀ ਅਸੀਂ ਚੰਦਰਮਾ 'ਤੇ ਜਾ ਕੇ ਸਾਰਿਆਂ ਨੂੰ ਪਹਿਲਾਂ ਆਪਣਾ ਝੰਡਾ ਕੱਢ ਲਈਏ ਜੀ, ਹੈ ਜੀ, ਕੀ ਕਰੋ, ਜਿਹੜੇ ਧਰਤੀ ਦੇ ਜੀਵ ਜੰਤੂ ਇੱਥੇ ਮਰਦੇ ਨੇ, ਭੁੱਖੇ ਸੌਂਦੇ ਨੇ, ਉਹਨਾਂ ਦਾ ਕਿਸੇ ਨੂੰ ਕੋਈ ਫਿਕਰ ਨਹੀਂ ਕਰਦੀ। ਅੱਛਾ ਬੋਬੀ ਸਾਹਿਬ, ਇਸ ਟਾਈਮ ਮੈਂ ਤੁਹਾਡਾ ਗਾਣਾ ਇੱਕ ਬਹੁਤ ਸੋਹਣਾ, ਮੈਨੂੰ ਪਸੰਦ ਆ, ਲਿਖਿਆ ਆ, ਬਿਲਕੁਲ ਦੀਪ ਸਾਹਿਬ, ਮੈਂ ਉਹ ਸੁਣਾਉਣਾ ਚਾਹੁੰਦਾ ਆਪਣੇ ਭਰਾਵਾਂ ਨੂੰ, ਬਹੁਤ ਵਧੀਆ ਗਾਣਾ ਆ, ਕੋਈ ਨਾ ਜੀ, ਕੋਈ ਸੁਣਾਉਣਾ ਲਾ ਦਿਓ ਜੀ ਦੀਪ ਸਾਹਿਬ। ਓਕੇ ਸਰ, ਅਜੇ ਦੇਖੋ ਤੁਹਾਡੇ ਹੱਥ 'ਚ ਸਾਰਾ ਕੁਛ, ਨਹੀਂ ਨਹੀਂ ਤੁਹਾਡੇ ਨਾਲ ਹੀ ਹਾਂ ਮੈਂ। ਜਨਾਬ ਦੀਪ ਸਾਹਿਬ ਦੀ ਆਵਾਜ਼ ਦੇ ਵਿੱਚ, ਬੜੀ ਸੁਰੀਲੀ ਆਵਾਜ਼ ਦੇ ਵਿੱਚ ਗਾਇਆ ਹੋਇਆ, ਮੈਂ ਇਹਨਾਂ ਵਾਲੇ ਸਟਾਈਲ 'ਚ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਕੋਸ਼ਿਸ਼ ਕਰ ਰਿਹਾ ਸਿੱਖਣ ਦੀ, ਜੋ ਸੱਚ ਲਿਖਣ ਤੋਂ ਡਰਦੀਆਂ ਸੀ, ਤੋੜ ਦਿੱਤਾ ਉਹਨਾਂ ਕਲਮਾਂ ਜੋ ਸੱਚ ਲਿਖਣ ਤੋਂ ਡਰਦੀਆਂ ਸੀ, ਮੈਂ ਰੋਕ ਲਿਆ ਉਹਨਾਂ ਸਾਹਾਂ ਜੋ ਦਮ ਕਿਸੇ ਲਈ ਭਰਦੀਆਂ ਸੀ, ਮੈਂ ਤੋੜ ਦਿੱਤਾ ਉਹਨਾਂ ਕਲਮਾਂ ਜੋ ਸੱਚ ਲਿਖਣ ਤੋਂ ਡਰਦੀਆਂ ਸੀ। ਸੀ
तन ढकन कपड़ा नहीं कितने ढिड पर टुकड़ा नहीं कितने तन ढकन कपड़ा नहीं कितने ढिड पर टुकड़ा नहीं कितने प्यार करने मुखड़ा नहीं जो जगमग मल मल दिया सी मैं तोड़ दिता यो ना कल मान जो सच लिख तो डर दिया सी कलम हमेशा रखूंगा फिर समायण ते दसूंगा ये कलम हमेशा रखूंगा फिर समायण ते दसूंगा ये सोच पीरे बाबिया दीप गा के सब सुनोगा सी मैं तोड़ दिता यो ना कल मान जो सच लिख तो डर दिया सी हाँ जी दीप साहब ਤਨ ਤਨ ਕਰਾਤੇ ਤੁਸੀਂ ਗੀਤ ਗਾ ਕੇ ਹੈ ਜੀ ਹਾਂਜੀ ਇਹ ਬਹੁਤ ਹੀ ਪਿਆਰੀ ਆਵਾਜ਼ ਨਾਲ ਤੁਸੀਂ ਗਾਇਆ ਹੋਇਆ ਅਤੇ ਤੁਹਾਡੀ ਕਲਮ ਦੇ ਵਿੱਚ ਜਾਨ ਬਹੁਤ ਆ ਦੀਪ ਸਾਹਿਬ ਅਸੀਂ ਤਾਂ ਲਿਖਣਾ ਸਿੱਖਦੇ ਹਾਂ ਥੋੜ੍ਹਾ ਥੋੜ੍ਹਾ ਤੁਹਾਡੇ ਜਿੰਨੀ ਨਹੀਂ ਹੈ ਪਰ ਜਿਹੜੇ ਤੁਸੀਂ ਕਦੇ ਟਿੱਬਿਆਂ ਦੀ ਰੇਤ ਕਦੇ ਕਦੇ ਪੰਜ ਦਰਿਆਵਾਂ ਦੀ ਧਰਤੀ ਹੈ ਜੀ ਜਿਹੜਾ ਜਿਹੜਾ ਸੱਭਿਆਚਾਰ ਤੁਹਾਡੀਆਂ ਕਲਮਾਂ ਦੇ ਵਿੱਚ ਕੁੱਟ ਕੁੱਟ ਕੇ ਕਹਿੰਦੇ ਹੁੰਦੇ ਨੇ ਪੰਜਾਬ ਪੰਜਾਬੀ ਦੀ ਭਾਸ਼ਾ ਦੇ ਵਿੱਚ ਘੁੱਟ ਘੁੱਟ ਕੇ ਐਨ ਭਰਿਆ ਹੋਇਆ ਜੀ ਜਿਵੇਂ ਖਰੋਟ ਦੇ ਵਿੱਚ ਆਪਾਂ ਨਿਆਣੇ ਹੁੰਦੇ ਉਹ ਨਹੀਂ ਭਰ ਲੈਂਦੇ ਸਿੱਕਾ ਜੀ ਹੈ ਜੀ ਉੱਦਾਂ ਭਰਿਆ ਹੋਇਆ ਹਰ ਹਰ ਕਲਮ ਦੇ ਹਰ ਸਾਈਡ ਦੇ ਪੱਖੋਂ ਤੁਸੀਂ ਦੇਖੋ ਬਹੁਤ ਹੀ ਪਿਆਰ ਤੁਹਾਡੀਆਂ ਕਲਮਾਂ 'ਚ ਭਰਿਆ ਹੋਇਆ ਜੀ ਬੋਬੀ ਸਾਹਿਬ ਕਿੱਥੇ ਆਪਾਂ ਮਿਲਣਾ ਸੀਗਾ ਹਾਂਜੀ ਟਾਕਰੇ ਹੋਣੇ ਸੀ ਆਪਣੇ ਦੇਖ ਲਓ ਤੁਸੀਂ ਇਹ ਮੇਰੀ ਕਿਸਮਤ ਦੇ ਵਿੱਚ ਸੀਗਾ ਕਿ ਮੈਂ ਇਹ ਗਾਣੇ ਗਾਉਣੇ ਆ ਦੇਖੋ ਤੁਸੀਂ ਔਰ ਦੇਖੋ ਕਦ ਦੇ ਤੁਹਾਡੇ ਲਿਖੇ ਹੋ ਸੀਗੇ ਪਰਮਾਤਮਾ ਹੀ ਆ ਜੋ ਕੁਛ ਕਰਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਤੋਂ ਬਿਨਾਂ ਤਾਂ ਉਹਦੇ ਹੁਕਮ ਤੋਂ ਬਿਨਾਂ ਤਾਂ ਦੀਪ ਸਾਹਿਬ ਕੁਛ ਵੀ ਨਹੀਂ ਹੋ ਸਕਦਾ ਜੀ ਅਤੇ ਬਾਬੀ ਸਾਹਿਬ ਕੁਛ ਸੁਣਾ ਦਿਓ ਹੁਣ ਵਕਤ ਹੋ ਗਿਆ ਆਪਣਾ ਵਕਤ ਗੁਜ਼ਰ ਚੱਲਿਆ ਜੀ ਓਕੇ ਦੀਪ ਸਾਹਿਬ ਦੋ ਲਾਈਨਾਂ ਹੋਰ ਸੁਣਾ ਦਿੰਦੇ ਬਿਲਕੁਲ ਕਹਿੰਦੇ ਕਹਿੰਦੇ ਰੋਜ਼ ਉੱਡ ਆਉਂਦੀਆਂ ਹਵਾਵਾਂ ਮੇਰੇ ਦੇਸ਼ ਦੀਆਂ ਰੋਜ਼ ਉੱਡ ਆਉਂਦੀਆਂ ਹਵਾਵਾਂ ਮੇਰੇ ਦੇਸ਼ ਦੀਆਂ ਕਿੱਥੇ ਆ ਕੇ ਲੱਗੀਆਂ ਸਾਨੂੰ ਦੁਆਵਾਂ ਮੇਰੇ ਦੇਸ਼ ਦੀਆਂ ਐਕਸਕਿਊਜ਼ ਮੀ ਕੋਈ ਰੋਜ਼ ਉੱਡ ਆਉਂਦੀਆਂ ਹਵਾਵਾਂ ਮੇਰੇ ਦੇਸ਼ ਦੀਆਂ ਸਾਨੂੰ ਕਿੱਥੇ ਆ ਕੇ ਲੱਗੀਆਂ ਦੁਆਵਾਂ ਮੇਰੇ ਦੇਸ਼ ਦੀਆਂ ਪੀਰਾਂ ਦੇ ਪੈਗਾਮ ਲੈ ਕੇ ਪੀਰਾਂ ਦੇ ਪੈਗਾਮ ਲੈ ਕੇ ਗੁਰੂਆਂ ਦੇ ਨਾਮ ਲੈ ਕੇ ਪੀਰਾਂ ਦੇ ਪੈਗਾਮ ਲੈ ਕੇ ਗੁਰੂਆਂ ਦੇ ਨਾਮ ਲੈ ਕੇ ਆ ਮੱਥੇ ਟਿੱਕਾ ਲਾਉਂਦੀਆਂ ਨੇ ਮਾਮਾ ਮੇਰੇ ਦੇਸ਼ ਦੀਆਂ ਰੋਜ਼ ਉੱਡ ਆਉਂਦੀਆਂ
ਹਵਾਵਾਂ ਮੇਰੇ ਦੇਸ਼ ਦੀਆਂ, ਕਿੱਥੇ ਆ ਕੇ ਲੱਗੀਆਂ ਸਾਨੂੰ ਦੁਆਵਾਂ ਮੇਰੇ ਦੇਸ਼ ਦੀਆਂ। ਦੋਸਤੋ ਦੀਪ ਸਾਹਿਬ ਬਿਲਕੁਲ ਆਪਣਾ ਸਮਾਂ ਵਕਤ ਸਮਾਪਤੀ ਵੱਲ ਨੂੰ ਜਾ ਰਿਹਾ ਜੀ। ਬਿਲਕੁਲ ਸਰ ਬਿਲਕੁਲ, ਕੋਈ ਗਲਤ ਲਫ਼ਜ਼ ਮੇਰੇ ਕੋਲੋਂ ਕਿਹਾ ਗਿਆ ਹੋਵੇ ਆਪਣਾ ਪੰਜਾਬ ਦੀ ਟੀਮ ਵੱਲੋਂ ਸਾਰੀ ਵੱਲੋਂ ਸਾਨੂੰ ਮਾਫ਼ ਕਰਿਓ ਜੀ। ਆਉਣ ਵਾਲੇ ਸਮੇਂ ਦੇ ਵਿੱਚ ਫਿਰ ਥੋੜ੍ਹੀ ਸੇਵਾ ਦੇ ਵਿੱਚ ਕੋਈ ਨਾ ਕੋਈ ਚੰਗਾ ਦੀਪ ਸਾਹਿਬ ਉਹਨਾਂ ਦਾ ਚੰਗਾ ਐਕਸਪੀਰੀਅੰਸ ਸਟੱਜਾ ਮੇਰੇ ਵੱਲੋਂ ਵੀ ਸ਼ੈਰੋ ਸ਼ੈਰੀ ਮਾੜੀ ਮੋਟੀ ਤੁਹਾਡੇ ਨਾਲ ਐਂਟਰਟੇਨਮੈਂਟ ਕਰ ਲੈਂਦੀ ਜੀ। ਅਸੀਂ ਤਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਕੋਈ ਗਲਤੀ ਹੋ ਗਈ ਹੋਵੇ ਦੋਸਤੋ ਮਾਫ਼ ਕਰਿਓ, ਹੱਸਦੇ ਸਿੱਖਣ ਦੇ ਰਾਹ 'ਤੇ ਚੱਲ ਰਹੇ ਹਾਂ ਅਤੇ ਕੋਸ਼ਿਸ਼ ਕਰਾਂਗੇ ਵੀ ਤੁਹਾਡੇ ਲਈ ਕੋਈ ਨਾ ਕੋਈ ਫਿਰ ਵਧੀਆ ਚੀਜ਼ ਲੈ ਕੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।